ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਅੱਜ ਦੇ ਵਲੋਗ ਦੇ ਵਿੱਚ ਦੋਸਤੋ। ਅਤੇ ਅੱਜ ਆਪਾਂ ਰਿਆਕਾ ਸਿਟੀ ਕੁਰੇਸ਼ੀਆ ਦੀ, ਅਤੇ ਇਹਦੀ ਨਾਈਟ ਈਵਨਿੰਗ ਵਿਊ ਕਿੱਡਾ ਸੋਹਣਾ ਵਾ। ਈਵਨਿੰਗ ਵਿਊ, ਸਮੁੰਦਰ ਦੇ ਕੰਢੇ 'ਤੇ ਆ ਸ਼ਹਿਰ, ਇਹ ਇਟਲੀ ਤੋਂ 70 ਕਿਲੋਮੀਟਰ ਦੂਰ ਮਾਤਰ, ਅਤੇ ਸਲਵੀਨੀਆ ਤੋਂ 15-20 ਕਿਲੋਮੀਟਰ ਦੂਰ ਆ। ਬਹੁਤ ਸੋਹਣਾ ਸ਼ਹਿਰ ਆ, ਪੋਰਟ ਵੀ ਆ, ਕਾਰਗੋ ਪੋਰਟ ਵੀ ਆ, ਅਤੇ ਆ ਇੱਕ ਸ਼ਿਪ ਵੀ ਖੜ੍ਹਾ ਇੱਥੇ, ਤੁਸੀਂ ਦੇਖ ਸਕਦੇ ਜੀ। ਐਂਡ ਸ਼ਹਿਰ ਵੀ ਬਹੁਤ ਸੋਹਣਾ, ਥੱਲੀ ਥੋੜ੍ਹੀ ਹਨੇਰਾ ਇੰਨਾ ਨਹੀਂ ਹੋਇਆ, ਪਰ ਫਿਰ ਵੀ ਲਾਈਟਾਂ ਵਗੈਰਾ ਜਗ ਚੁੱਕੀਆਂ, ਅਤੇ ਜਿਹਦੇ ਨਾਲ ਕਾਫੀ ਰੋਮਾਂਟਿਕ ਵੀ ਹੋ ਰਿਹਾ। ਅਤੇ ਆ ਇਹਦਾ ਪੋਰਟ ਦਾ ਹੈਗਾ ਵਾ ਸਿਗਨਲ ਵਗੈਰਾ, ਜਿੱਥੋਂ ਦੇਣਾ ਹੁੰਦਾ ਸ਼ਿਪ ਨੂੰ ਕਿ ਤੁਸੀਂ ਇੰਟਰ ਕਰ ਲਓ ਪੋਰਟ ਦੇ ਵਿੱਚ, ਅਤੇ ਸਿੱਧਾ ਕਿ ਪੋਰਟ ਹੀ ਆ, ਪੋਰਟ ਕਰਕੇ ਅਤੇ ਤੁਸੀਂ ਇੱਥੇ ਇੰਟਰੀ ਕਰ ਸਕਦੇ। ਇੱਥੋਂ ਸਿਗਨਲ ਵਗੈਰਾ ਮਿਲੂਗਾ ਸ਼ਿਪ ਨੂੰ, ਤੁਸੀਂ ਇੰਟਰੀ ਕਰ ਲਓ, ਅਤੇ ਇੱਥੇ ਪੋਰਟ 'ਤੇ ਤੁਸੀਂ ਲੱਗ ਸਕਦੇ। ਜਿਸ ਤਰ੍ਹਾਂ ਆਹ ਲੱਗਾ ਹੋਇਆ ਇੱਕ, ਉਹ ਕਿਸ਼ਤੀ ਲੱਗੀ ਹੋਈ ਆ, ਅਤੇ ਉਹ ਪਰਾਂ ਲੱਗੀਆਂ ਹੋਈਆਂ ਬੋਟਾਂ, ਕੁਛ ਸਵਿਟਜ਼ਰਲੈਂਡ ਤੋਂ ਬੋਟ ਆਈ ਆ, ਕੁਛ ਜਰਮਨੀ ਤੋਂ ਆਈ ਹੋਈ ਆ, ਫਰਾਂਸ ਤੋਂ, ਸਪੇਨ ਤੋਂ, ਅਲਬੇਨੀਆ ਤੋਂ, ਗਰੀਸ ਤੋਂ, ਇੱਦਾਂ ਸ਼ਹਿਰਾਂ ਦੇ ਵਿੱਚੋਂ ਬੋਟਾਂ ਆਈਆਂ ਹੋਈਆਂ ਵਾ। ਅਤੇ ਬਾਕੀ ਤੁਹਾਨੂੰ ਹੋਰ ਵੀ ਅੱਗੇ ਲਿਜਾ ਕੇ ਦਿਖਾਉਂਦੇ ਆ। ਬਹੁਤ ਦੂਰ ਦੂਰ ਤੱਕ ਪਹਾੜੀਆਂ, ਸਿਟੀਜ਼, ਇੱਧਰ ਵੀ ਸ਼ਹਿਰ ਆ ਕਾਰਗੋ ਦਾ, ਸਾਹਮਣੇ ਕਾਰਗੋ ਦਾ ਕੰਟੇਨਰ ਵਗੈਰਾ, ਜਿਹੜੇ ਕਰੇਨਾਂ ਵਗੈਰਾ ਲੱਗੀਆਂ ਹੋਈਆਂ ਚੁੱਕਦੀਆਂ ਵਾ। ਆਹ ਬੋਟ ਆ ਦੋਸਤੋ, ਬੋਟ ਕਿੱਡੀ ਸੋਹਣੀ। ਹੈਲੋ ਸੇ ਜਸਟ ਹੈਲੋ ਜੀ ਦੋਸਤੋ। ਆਹ ਦੋਸਤੋ ਇੱਕ ਬ੍ਰਿਜ ਆ, ਸਾਹਮਣੇ ਆ ਵੀ ਬ੍ਰਿਜ ਆ, ਅਤੇ ਇਹਦੇ ਨਾਲ ਇੱਕ ਆ ਹੈਗਾ ਵੀ ਵਾੜ ਜੀ ਲੱਗੀ ਹੋਈ ਆ, ਅਤੇ ਤਾਲੇ ਬੜੇ ਬੰਨੇ ਹੋਏ ਆ। ਹੁਣ ਪਤਾ ਤਾਂ ਹੈ ਨਹੀਂ ਗਾ ਵੀ ਤਾਲੇ ਕਿਉਂ ਬੱਧੇ ਆ, ਬਟ ਤਾਲੇ ਦੇਖੋ ਤੁਸੀਂ, ਤਾਲੇ ਤਾਂ ਬਹੁਤ ਬੰਨੇ ਹੋਏ ਨੇ, ਕੋਈ ਨਾ ਕੋਈ ਰੀਜ਼ਨ ਤਾਂ ਹੋਣਾ ਇਹਦਾ, ਇੰਨੇ ਤਾਲੇ। ਤੁਸੀਂ ਤਾਲੇ ਬੰਨੇ ਹੋਏ ਨੇ। ਦੇਖੋ ਸਾਹਮਣੇ ਸਿਟੀ ਆ, ਐਂਡ ਤਾਲੇ ਬੱਧੇ ਹੋਏ। ਇੱਧਰ ਵੀ, ਇੱਧਰ ਤਾਂ ਪੋਰਟ ਆ ਜਾਂਦਾ ਅੱਗੇ, ਅਤੇ ਇੱਧਰ ਤਾਲੇ ਬੰਨੇ ਹੋਏ ਆ। ਫਿਰ ਉਹ ਲਾਸਟ ਤੱਕ ਆ, ਅਤੇ ਇੱਧਰ ਸਿਟੀ ਵਗੈਰਾ ਹੈਗੀ ਆ। ਹਾਂਜੀ ਦੋਸਤੋ, ਸੋ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਅਤੇ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ, ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੇ ਇੱਕ ਵਧੀਆ ਵਲੋਗ ਦੇ ਵਿੱਚ। ਅਤੇ ਚੜ੍ਹਦੀ ਕਲਾ 'ਚ ਰਹੋ, ਰੱਬ ਰਾਖਾ, ਅਤੇ ਟੇਕ ਕੇਅਰ ਦੋਸਤੋ।